ਜੇ ਮੈਨੂੰ 13 14 ਤੇ 13 ਸਾਲ ਹੋ ਗਏ ਮੈਨੂੰ ਠੇਕੇਦਾਰੀ ਕਰਦੀ ਨੂੰ ਤੇ ਅੱਜ ਮੈਂ ਕਿਹ ਅਜਿਹਾ ਜਿ ਬਤੇਰੀਆਂ ਬਿਲਡਿੰਗਾਂ ਵੀ ਬਣਾਤੀਆਂ ਦੁਕਾਨਾਂ ਸ਼ੋਰੂਮ ਜੇ ਮਰਜ਼ੀ ਹੁਣ ਤਾਂ ਜੋ ਮਰਜ਼ੀ ਬਣਵਾ ਲਓ ਉਹੀ ਬਣਾ ਦੇਣੀ ਹੈ ਗਲੀ ਮੋਲੇ ਵਾਲੇ ਤੇ ਬਾਤ ਤੇ ਕਹਿੰਦੇ ਪਹਿਲਾਂ ਤਾਂ ਘਰੋਂ ਹੀ ਸ਼ੁਰੂਆਤ ਚੱਲਦੀ ਹੈ ਜਿਵੇਂ ਹੁਣ ਰਿਸ਼ਤੇਦਾਰ ਹੋ ਗਏ ਭੈਣ ਭਰਾ ਹੋ ਗਏ ਕਹਿੰਦਾ ਫਿਰਦੇ ਐਂ ਫਿਰਦੀ ਐਂ ਜੋ ਫਿਰਦੀ ਐ ਲੇਕਿਨ ਮੈਂ ਕਿਸੇ ਕੋਈ ਭੈਣ ਭਰਾ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਹੈਗੀ ਤੇ ਮੇਰੇ ਕੋਲ ਖੁੱਦ ਦਾ ਮਕਾਨ ਨਹੀਂ ਸੀਗਾ ਤੇ ਖੁੱਦ ਦਾ ਮਕਾਨ ਵੀ ਬਣਾਉਣਾ ਸੀਗਾ ਤੇ ਤਾਂ ਕਰਕੇ ਲੋਕਾਂ ਦੀ ਸਭ ਗੱਲਾਂ ਛੱਡ ਕੇ ਤੇ ਮੈਂ ਅੱਗੇ ਵਧੀ ਆਈ ਤੇ ਅੱਜ ਮੈਂ ਆਪ ਦੇ ਠੇਕੇ ਲੈ ਕੇ ਆਪਦਾ ਖੁੱਦ ਦਾ ਕੰਮ ਕਰਦੀ ਆਂ ਆਪਦਾ ਪਲਾਟ ਵੀ ਲਿਆ ਹੈ ਮਕਾਨ ਵੀ ਬਣਾਇਆ ਹੈ ਬੱਚਾ ਨੂੰ ਵੀ ਪੜ੍ਹਾਇਆ ਹੈ ਲਿਖਾਇਆ ਹੈ ਗੁੜੀਆਂ ਦੀ شادی ਵੀ ਕਰੀ ਹੈ ਤੇ ਅੱਜ ਜੇ ਆਪਾਂ ਕੰਮ ਕਰਾਂਗੇ ਤਾਂ ਭੈਣ ਭਰਾ ਵੀ ਨਾਲ ਖੜੂਗਾ ਨਿਸਤਾ ਕੋਈ ਨਹੀਂ ਘਟਦਾ ਮਿਸਤਰੀ ਦਾ ਕੰਮ ਅਕਸਰ ਇੱਥੇ ਮਰਦ ਜਿਹੜੇ ਕੰਮ ਕਰਦੇ ਨੇ ਲੇਬਰ ਵਾਲੇ ਵੀ ਜਿਹੜੇ ਮਰਦ ਨੇ ਤੁਸੀਂ ਇਕੱਲੀ ਔਰਤਾਂ ਤਾਂ ਕਿੰਨੇ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਵੇਰੇ ਉੱਠਦੇ ਆ 4 ਵਜੇ 4 ਵਜੇ ਉੱਠ ਕੇ ਮੈਂ 8:3 8 ਵਜੇ ਤੱਕ ਸਾਰਾ ਕੰਮ ਨਿਮੜ ਲੈਣੀਆਂ ਮੇਰੇ ਕੋਲ ਦੋ ਮੱਝਾਂ ਵੀ ਰੱਖੀਆਂ ਘਰ ਦਾ ਕੰਮ ਹੁਣ ਕਹਿ ਕਰੇ ਦੋ ਰੋਟੀਆਂ ਪਕਾਉਣੀਆਂ ਹੋਵੇ ਤਾਂ ਕੋਈ ਵੀ ਨਹੀਂ ਮੱਝਾਂ ਦਾ ਤਾਂ ਦੁੱਗਣਾ ਕੰਮ ਹੋ ਜਾਂਦਾ ਮੱਝਾਂ ਦਾ ਵੀ ਕਰਕੇ ਆਉਂਦੀਆਂ ਉਰ ਰੋਇਆ ਕੋੜਾ ਕਰਕੇ ਆਉਣੀ ਆ ਡੰਗਰ ਪਸੂ ਦਾ ਸਾਰਾ ਕਰਕੇ ਫਿਰ ਕੰਮ ਤੇ ਕੰਮ ਤੇ ਮੈਂ 9 ਵਜੇ ਤੱਕ 8:30 ਵਜੇ ਤੱਕ ਕੰਮ ਤੇ ਪਹੁੰਚ ਜਾਨੀ ਆ ਕਹਿੰਦੇ ਨੇ ਕਿ ਹਰ ਕੰਮ ਔਰਤਾਂ ਨਹੀਂ ਕਰ ਸਕਦੀਆਂ ਕੁਝ ਕੰਮ ਮਰਦ ਹੀ ਕਰ ਸਕਦੇ ਨੇ ਅੱਜ ਤੁਹਾਨੂੰ ਇੱਕ ਅਜੀਹੀ ਔਰਤ ਨਾਲ ਮਿਲਾਵਾਂਗੇ ਜਿਸ ਨੇ ਹਰ ਕੰਮ ਜਿਹੜਾ ਸੰਭਵ ਕਰਿਆ ਸਾਡੇ ਨਾਲ ਮੌਜੂਦ ਆ ਕ੍ਰਿਸ਼ਨਾ ਦੇਵੀ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦੀ ਆ ਜਨਕੀ ਚ ਨੇ ਆਈ ਦਾ ਕੰਮ ਕਰਦੀ ਹੈ ਤੁਸੀਂ ਔਰਤਾਂ ਅਕਸਰ ਹੀ ਦੇਖਿਆ ਹੋਣਗੇ ਆ ਵੀ ਲੇਬਰ ਦਾ ਕੰਮ ਕਰਦੇ ਹਨ ਜਿਵੇਂ ਕਿ ਬੱਠਲ ਚੱਕ ਕੇ ਸਿਮਿੰਟ ਦਾ ਲੈ ਕੇ ਜਾਣਾ ਜਾਂ ਇੱਟਾਂ ਫੜਾ ਦੇਣੀਆਂ ਪਰ ਖੁਦ ਮਿਸਤਰੀ ਪੁਣੇ ਦਾ ਕੰਮ ਜਿਹੜੇ ਕਰਦੇ ਆ ਉਹ ਕ੍ਰਿਸ਼ਨ ਦੇਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਕਦੋਂ ਇਹ ਕੰਮ ਕਰਨ ਲੱਗਿਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿਹੜਾ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਇਹ ਜੀ ਮੈਨੂੰ ਹੋ ਗਿਆ ਮਤਲਬ 13-14 ਸਾਲ ਹੋ ਗਏ ਕੰਮ ਕਰਦੇ ਨੂੰ ਇੱਕ ਸਾਲ ਮਤਲਬ ਦਿਹਾੜੀ ਕੀਤੀ ਹੈਗੀ ਆ ਉਸ ਤੋਂ ਬਾਅਦ ਦਿਹਾੜੀਆਂ ਵਿੱਚ ਵੀ ਕੁਝ ਨਹੀਂ ਬਣਿਆ ਮਤਲਬ ਜਿਵੇਂ ਪਹਿਲਾਂ ਪਿੰਡਾਂ ਵਿੱਚ ਜਾਂਦੇ ਸੀਗੇ ਕੰਮ-ਧੰਦਾ ਕਰਦੇ ਸੀਗੇ ਤੇ ਜਿਵੇਂ ਝਾੜੂ ਪੋਚਾ ਲਾਉਣਾ ਕੰਮਾਂ ਵਿੱਚ ਜ਼ਿੰਮੇਵਾਰ ਕੋਈ ਨਹੀਂ ਦਿੰਦੇ 250 ਰੁਪਏ ਦਿੰਦੀਆਂ ਸੀ ਸਾਰੇ ਦਿਹਾੜੀ ਖਲ ਲਾ ਲੈਂਦੀਆਂ ਸੀ ਤੇ ਐਂ ਕਰਦੇ ਕਰਦੇ ਜਿਵੇਂ ਪਿੰਡਾਂ ਦੀਆਂ ਔਰਤਾਂ ਜਾਂਦੀਆਂ ਸੀਗੀਆਂ ਦਿਹਾੜੀ ਤੇ ਮਿਸਤਰੀਆਂ ਕੋਲ ਤੇ ਇੱਕ ਮੈਨੂੰ ਦੇਖ ਕੇ ਬੋਲੀ ਵੀ ਕਿਰشنا ਵੀ ਜਾਣਾ ਦਿਹਾੜੀ ਤੇ ਮੈਂ ਕਿਹਾ ਵੀ ਚਾਚੀ ਮੈਂ ਤਾਂ ਕਦੇ ਗਈ ਨਹੀਂ ਤੇ ਵੀ ਮੈਂ ਜਾਊਂਗਾ ਵੀ ਕਰੂੰਗਾ ਕੀ ਉਹ ਕਹਿਣ ਲੱਗੀ ਵੀ ਤੂੰ ਸਾਡੇ ਨਾਲ ਤਾਂ ਚੱਲ ਕੋਈ ਗੱਲ ਨਹੀਂ ਵੀ ਅਸੀਂ ਤੈਨੂੰ ਜਿਵੇਂ ਹੋਊਗਾਵੇਂ ਅਸੀਂ ਦੱਸਾਂਗੇ ਤੈਨੂੰ ਤੇ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਕੀ ਮਿਸਤਰੀ ਮੰਗੂਆ ਕੀ ਦੇਣਾ ਕੀ ਨਹੀਂ ਮੈਂ ਤਾਂ ਕੋਈ ਸੰਦਾ ਦਾ ਵੀ ਨਹੀਂ ਪਤਾ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਮੈਂ ਤੈਨੂੰ ਦੱਸ ਦਊਂ ਵੀ ਕੀ ਜਣਾ ਜੋ ਪਹਿਲੀ ਵਾਰ ਗਈ ਤੇ ਆਈ ਮਤਲਬ ਇੱਕ ਭਰਾੜ ਜੀ ਤਾਂ ਹੋਈ ਮੈਨੂੰ ਵੀ ਮੈਂ ਕਿਵੇਂ ਕਰੂਗਾ ਕਿਵੇਂ ਨਹੀਂ ਇੱਕ ਦਿਨ ਤਾਂ ਬਹੁਤ ਔਖਾ ਲੱਗਿਆ ਤੇ ਆ ਹੀ ਕਰਦੇ 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 ਦਿਹਾੜੀ ਤੇ ਮਤਲਬ ਉਦੋਂ 60 70 70 80 ਰੁਪਏ ਦਿਹਾੜੀ ਹੁੰਦੀ ਸੀ ਆ ਹੀ ਕਰਦੇ ਕਰਦੇ ਮਤਲਬ ਥੋੜੀ ਬਹੁਤ ਦਿਹਾੜੀ ਦੂੜੀ ਕਰਦੇ ਕਰਦੇ ਇੱਕ ਦਿਨ ਇੱਕ ਮਿਸਤਰੀ ਸੀਗਾ ਉਹਦੇ ਕੋਲ ਕੰਮ ਕਰੀ ਜਾਂਦੇ ਸੀਗੇ ਅਸੀਂ કરી ਜਾਂਦੇ ਸੀਗੇ ਉਹ ਦੇਖ ਕੇ ਉਹਲੇ ਵੀ ਮੈਂ ਰੋਟੀ ਖਾਣ ਜਾਣਾ 1 ਵਜੇ ਦਾ ਟਾਈਮ ਸੀ ਜਦੋਂ ਲੰਚ ਟਾਈਮ ਕਰਦੇ ਹੋ ਤੇ ਵੀ ਕਿਰشنا ਤੂੰ ਕਹਿੰਦਾ ਆ ਚਟ ਲਾ ਦੇ ਵੀ ਮਸਾਲਾ ਛਾਪ ਦੇ ਕੰਨ ਤੇ ਪਲਸਟਰ ਕਰੀ ਜਾਂਦੇ ਸੀ ਮੈਂ ਵੀਰੇ ਮੈਂ ਤਾਂ ਅਸਤਾ ਕਦੇ ਕਰਨੀ ਨਹੀਂ ਚੱਕੀ ਮੈਂ ਲਾਉਂਗਾ ਕਿਵੇਂ ਉਹ ਕਹਿੰਦਾ ਵੀ ਦੇਖ ਤੂੰ ਇੱਕ ਵਾਰ ਤੂੰ ਚੱਕ ਤਾਂ ਸੋਰੇ ਕਰਨੀ ਜਿਵੇਂ ਲੱਗੇ ਓਵੇਂ ਲਾ ਦੇ ਕਹਿੰਦਾ ਮੈਂ ਕਹੇ ਜੇ ਖਰਾਬ ਹੋ ਗਈ ਤੇੜੀ ਕੱਟ ਲੂਗਾ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਤੇੜੀ ਨਹੀਂ ਕੱਢਦਾ ਤੂੰ ਲਾ ਦੇ ਮੈਂ ਬਸ ਇੱਕ ਵਾਰ ਆਈ ਦਿਲ ਦੇ ਵਿੱਚ ਕਰਕੇ ਹੌਸਲਾ ਲੱਗ ਗਿਆ ਪੁੱਟੇ ਸਿੱਧੀ ਜਿਵੇਂ ਆਈ ਓਵੇਂ ਲਾਤੀ ਤੇ ਉਹ ਆ ਕੇ ਦੇ ਕੇ ਬੋਲਾ ਕਹਿੰਦਾ ਠੀਕ ਹੈ ਵਧੀਆ ਲਾਈ ਹੈ ਤੇ ਮਾੜਾ ਮੋਟਾ ਸੀਗੀ ਕੋਈ ਪ੍ਰੋਬਲਮ ਸੀਗੀ ਉਹਨੇ ਸੱਟ ਕਰਤੀ ਆ ਕੇ ਉਹ ਦਿਨ ਦਾ ਦਿਨ ਕਹਿੰਦਾ ਜੋ ਉਹ ਵੀ ਮਿਸਤਰੀ ਦਾ ਮੈਂ ਧੰਨਵਾਦ ਕਰਦੇ ਜੀ ਜਿੰਨੇ ਮੈਨੂੰ ਕਰਨੀ ਚੱਕਾਈ ਹੈ ਤੇ ਅੱਜ ਤੱਕ ਕਹਿੰਦਾ ਜੋ ਉਸ ਬਾਤ ਤੇ ਮੈਂ ਕਰਨੀ ਚੱਕੀ ਜਿਵੇਂ ਛੋਟੇ ਮੋਟੇ ਥੋੜੇ ਬਹੁਤ ਮੁਕਮਲ ਨਾਲ ਕਰਦੀ ਸੀ ਮਿਸਤਰੀਆਂ ਦੇ ਚੱਕ ਕੇ ਕੰਮ ਕਰਨ ਦੇ ਲੱਗ ਜਾਂਦੀ ਫਿਰ ਐਂ ਕਰਦੇ ਕਰਦੇ ਦਿਹਾੜੀਆਂ ਤੋਂ ਛੋਟੇ ਮੋਟੇ ਠੇਕੇ ਲੈਣ ਲੱਗ ਗਏ ਕਦੇ ਪਲਸਤਰ ਦਾ ਲੈ ਲਿਆ ਕੋਈ ਛੋਟੇ ਮੋਟੀ ਕੰਧਾਂ ਦਾ ਲੈ ਲਿਆ ਜਿਵੇਂ ਰਜਿੰਦਰ ਅਕਾਲ ਦੇ ਵਿੱਚ ਲੈ ਲਿਆ ਆਈ ਕਰਦੇ ਕਰਦੇ ਹੁਣ ਵੱਡੀ ਵੱਡੀ ਬਿਲਡਿੰਗਾਂ ਦੇ ਕੰਮ ਲੈਂਦੇ ਆ ਹੁਣ ਅੱਜ ਮੈਨੂੰ 13 14 ਤੇ 13 ਸਾਲ ਹੋ ਗਏ ਮੈਨੂੰ ਠੇਕੇਦਾਰੀ ਕਰਦੀ ਨੂੰ ਤੇ ਅੱਜ ਮੈਂ ਕਿਹ ਕਰ ਜੇ ਬਤੇਰੀਆਂ ਬਿਲਡਿੰਗਾਂ ਵੀ ਬਣਾਤੀਆਂ ਦੁਕਾਨਾਂ ਸ਼ੋਰੂਮ ਜੇ ਮਰਜ਼ੀ ਹੁਣ ਤਾਂ ਜੋ ਮਰਜ਼ੀ ਬਣਵਾ ਲਓ ਉਹੀ ਬਣਾ ਦਿੰਨੇ ਹੁਣ ਅੱਛਾ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਪਹਿਲੀ ਵਾਰੀ ਤੁਸੀਂ ਹੱਥ 'ਚ ਕਰਨੀ ਫੜ ਕੇ ਪਲਾਸਟਰ ਕਰਨ ਲੱਗੇ ਸੀਗੇ ਉਦੋਂ ਤਾਂ ਮਹਿਸੂਸ ਹੋਇਆ ਮੈਨੂੰ ਡਰ ਲੱਗਦਾ ਸੀਗਾ ਵੀ ਮੈਂ ਕਰੂੰਗਾ ਕਿਵੇਂ ਜੇ ਖਰਾਬ ਹੋ ਗਿਆ ਤਾਂ ਮੈਨੂੰ ਕੀ ਕਹੂਗਾ ਕਿਸ ਨਾ ਐ ਡਰਦੀ ਡਰਦੀ ਨੇ ਹੜੀ ਸੀਗੀ ਮੈਂ ਬਸ ਉਹ ਦਿਨ ਦਾ ਦਿਨ ਮੇਰਾ ਡਰ ਨਿਕਲ ਗਿਆ ਉਹ ਤੇ ਬਸ ਜੇ ਆਪਾਂ ਕੰਮ ਕਰਾਂਗੇ ਤੇ ਡਰੀ ਜਾਵਾਂਗੇ ਤਾਂ ਫਿਰ ਕੰਮ ਕਿਵੇਂ ਹੋਊਗਾ ਉਹ ਦਿਨ ਦਾ ਡਰ ਨਿਕਲਿਆ ਮੈਂ ਤਾਂ ਅੱਜ ਤਾਂ ਕੇ ਤੀਜੀ ਮੰਜ਼ਿਲ ਚੌਥੀ ਮੰਜ਼ਿਲ ਜਿੱਥੇ ਮਰਜ਼ੀ ਚੜਾ ਦੇ ਉੱਤੇ ਕੰਮ ਕਰਦੀ ਆਂ ਕੋਈ ਡਰ ਨਹੀਂ ਹੜ ਦਾ ਖੁਦ ਆਦਾ ਆਦਾ ਠੇਕਾ ਲੈ ਕੇ ਤਾਂ ਕੰਮ ਚੱਲੀ ਜਾਂਦੇ ਇਸ ਟਾਈਮ ਤੇ ਘਟ ਘਟ 15 ਮਜ਼ਦੂਰ ਹੁੰਦੇ ਆ ਚਾਰ ਪੰਜ ਮਿਸਤਰੀ ਹੁੰਦੇ ਆ ਲੇਡੀਜ਼ ਵੀ ਹੁੰਦੀਆਂ ਦਿਹਾੜੀ ਤੇ ਆਪਣੇ ਕੋਲ ਤੇ ਮਤਲਬ ਸਾਰਿਆਂ ਦੇ ਵਧੀਆ ਨਾਲ ਮਿਲ ਕੇ ਸਭ ਦੇ ਨਾਲ ਵਧੀਆ ਰਹਿਣੇ ਆ। ਅੱਛਾ ਜਦੋਂ ਤੁਸੀਂ ਪਹਿਲੀ ਵਾਰੀ ਜਦੋਂ ਘਰੋਂ ਬਾਹਰ ਨਿਕਲੇ ਕੰਮ ਤੇ ਆਉਣ ਲਈ ਕਿ ਕੋਈ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਕਿਵੇਂ ਪਿੰਡ ਦੇ ਵਿੱਚ ਕਿੱਦਾਂ ਦਾ ਜਿਵੇਂ ਆਹਣ ਗਵਾਂਡ ਕਹਿੰਦਾ ਵੀ ਸਵੇਰੇ ਜਾਂ ਉਹਦੀ ਸ਼ਾਮ ਨੂੰ ਦਾ ਅਕਸਰ ਹੀ ਹੁੰਦਾ ਔਰਤਾਂ ਨਾਲ ਹਨਾ ਕਿੱਦਾਂ ਦਾ ਤੁਹਾਨੂੰ ਕਿਸੇ ਨੇ ਕੁਝ ਕਿਹਾ ਕਦੇ? ਜੀ ਕਹਿ ਕੇ ਰਾਜੋ ਗਲੀ ਮੋਲੇ ਵਾਲੇ ਤੇ ਬਾਅਦ ਤੇ ਕਹਿੰਦਾ ਪਹਿਲਾਂ ਤਾਂ ਘਰੋਂ ਹੀ ਸ਼ੁਰੂਆਤ ਚੱਲਦੀ ਹੈ। ਜਿਵੇਂ ਹੁਣ ਰਿਸ਼ਤੇਦਾਰ ਹੋ ਗਏ ਭੈਣ ਭਰਾ ਹੋ ਗਏ ਕਹਿੰਦਾ ਫਿਰਦੇ ਐਂ ਫਿਰਦੀਆਂ ਜੋ ਫਿਰਦੀਆਂ ਲੇਕਿਨ ਮੈਂ ਕਿਸੇ ਕੋਈ ਭੈਣ ਭਰਾ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਹੈਗੀ ਐ ਕੋਈ ਗਲੀ ਮੋਹਲੇ ਵਾਲੇ ਤੇ ਬਥੇਰੇ ਕਹਿੰਦੇ ਸੀਗੇ ਲੇਕਿਨ ਕਹਿੰਦੇ ਘਰੋਂ ਕਹਿੰਦੇ ਜਦੋਂ ਹੀ ਬਾਹਰ ਦੇ ਕਹਿੰਦੇ ਬਾਹਰ ਦੇ ਨੂੰ ਮੌਕਾ ਮਿਲਦਾ ਤੇ ਬਾਹਰ ਦੇ ਬਥੇਰੇ ਕਹਿੰਦੇ ਸੀਗੇ ਤੇ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਜੋ ਕਈ ਕਰ ਜੂ ਆਪਾਂ ਪਰਵਾਹ ਕਰਾਂਗੇ ਤਾਂ ਆਪਣਾ ਘਰ ਕਿਵੇਂ ਚੱਲੂਗਾ ਬੱਚੇ ਪੜਾਉਣੇ ਸੀਗੇ ਪੜਾਉਣੇ ਵੀ ਸੀਗੇ ਕਿਰਾਇਆ ਵੀ ਦੇਣਾ ਸੀਗਾ ਮੈਂ ਕਿਰਾਏ ਤੇ ਰਹਿੰਦੀ ਸੀਗੀ ਮੇਰੇ ਕੋਲ ਖੁਦ ਦਾ ਮਕਾਨ ਨਹੀਂ ਸੀਗਾ ਤੇ ਖੁਦ ਦਾ ਮਕਾਨ ਵੀ ਬਣਾਉਣਾ ਸੀਗਾ ਤੇ ਤਾਂ ਕਰਕੇ ਲੋਕਾਂ ਦੀ ਸਭ ਗੱਲਾਂ ਛੱਡ ਕੇ ਤੇ ਮੈਂ ਅੱਗੇ ਵਧੀ ਆਈ ਤੇ ਅੱਜ ਮੈਂ ਆਪ ਦੇ ਠੇਕੇ ਲੈ ਕੇ ਆਪ ਦਾ ਖੁਦ ਦਾ ਕੰਮ ਕਰਦੀ ਆਂ ਆਪ ਦਾ ਪਲਾਟ ਵੀ ਲਿਆ ਹੈ ਮਕਾਨ ਵੀ ਬਣਾਇਆ ਹੈ ਬੱਚਾ ਨੂੰ ਵੀ ਪੜ੍ਹਾਇਆ ਲਿਖਾਇਆ ਗੁੜੀਆਂ ਦੀ شادی ਵੀ ਕਰੀ ਹੈ ਤੇ ਅੱਜ ਜੇ ਆਪਾਂ ਕੰਮ ਕਰਾਂਗੇ ਤਾਂ ਭੈਣ ਭਰਾ ਵੀ ਨਾਲ ਖੜੂਗਾ ਨਿਸਤਾ ਕੋਈ ਨਹੀਂ ਖੜਦਾ ਇਹ ਮਿਸਤਰੀ ਦਾ ਕੰਮ ਅਕਸਰ ਇੱਥੇ ਮਰਦ ਜਿਹੜੇ ਕੰਮ ਕਰਦੇ ਨੇ ਲੇਬਰ ਵਾਲੇ ਵੀ ਜਿਹੜੇ ਮਰਦ ਨੇ ਤੁਸੀਂ ਇਕੱਲੀ ਔਰਤਾਂ ਤਾਂ ਕਿੰਨੇ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਰਦਾ ਸਾਹਣ ਜੀ ਪਹਿਲਾਂ ਤਾਂ ਮੈਨੂੰ ਬਹੁਤ ਮਤਲਬ ਜਿਵੇਂ ਦਿਹਾੜੀ ਜਾਂਦੀ ਸੀਗੀ ਉਹ ਤਾਂ ਬਹੁਤ ਸਾਹਮਣਾ ਕਰਨਾ ਪੈਂਦਾ ਤੇ ਉਦੋਂ ਮਤਲਬ ਕਿ ਕਰਨਾ ਜਦ ਔਰਤ ਨੂੰ ਇਨਸਾਨ ਮੰਨਿਆ ਵੀ ਬੰਦਾ ਇੱਕ ਵਾਰ ਕਹੂਗਾ ਤੇ ਔਰਤ ਸਾਹਮਣੇ ਕਹਿੰਦੇ ਆ ਨਾ ਵੀ ਆਵਾਜ਼ ਚੱਕੂਗੀ ਨਾ ਤੇ ਦਵਾਰੇ ਬੰਦੇ ਦੀ ਹਿੰਮਤ ਨਹੀਂ ਪਊਗੀ ਵੀ ਬੰਦਾ ਕੁਝ ਬੋਲ ਜੂਗਾ ਜੇ ਆਪਣੇ ਵਿੱਚ ਆਪਾਂ ਜੇ ਹੌਸਲਾ ਕਰਕੇ ਅਗਲੇ ਦੇ ਸਾਹਮਣੇ ਖੜਾਂਗੇ ਤੇ ਅਗਲੇ ਦੀ ਹਿੰਮਤ ਨਹੀਂ ਪਊਗੀ ਉਹ ਬਹੁਤ ਆਉਂਦੇ ਆ ਲੋਕ ਤੇ ਬਹੁਤ ਕੁਝ ਕਹਿੰਦੇ ਆ ਮਿਸਤਰੀ ਵੀ ਕਹੇਗਾ ਦੁਨੀਆਦਾਰੀ ਬਹੁਤ ਆਂਦੀ ਹੈ ਬਥੇਰੇ ਗਲਤ ਨਿਗਾ ਵਿੱਚ ਵੀ ਬਹੁਤ ਦੇਖਦੇ ਆ ਲੇਕਿਨ ਜੇ ਆਪਾਂ ਆਦੇ ਸੱਚਾਈ ਤੇ ਆ ਗਿਆਂ ਜੇ ਆਪਾਂ ਸਿੱਧੇ ਰਾਹ ਚੱਲਾਂਗੇ ਜੇ ਆਦੀ ਇੱਜ਼ਤ ਨਾਲ ਰਵਾਂਗੇ ਤੇ ਕਿਸੇ ਦੀ ਮੈਂ ਤਾਂ ਕਿਹਨੇ ਵੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਆਪਾਂ ਨੂੰ ਕੁਝ ਕਹਿ ਦੂਗਾ ਔਰਤਾਂ ਦੇ ਕੰਮ ਕਰਨ ਵਾਲੇ ਹੋਰ ਵੀ ਬਹੁਤ ਹੁੰਦੇ ਨੇ ਫਿਰ ਮਿਸਤਰੀ ਦਾ ਕੰਮ ਹੀ ਤੁਸੀਂ ਕਿਉਂ ਸਿੱਖਿਆ ਕੰਮ ਕਰਾ ਕੀ ਪਹਿਲਾ ਔਰਤ ਕੀ ਹੈ ਜੇ ਮੈਂ ਤਾਂ ਅਣਪੜ੍ਹ ਸੀਗੀ ਪੜ੍ਹੀ ਲਿਖੀ ਤਾਂ ਇਹ ਨਹੀਂ ਸੀਗੀ ਪਿੰਡਾਂ ਵਿੱਚ ਜਾਂਦੇ ਸੀਗੇ 250 300 ਰੁਪਏ ਦਿੰਦੇ ਉਹਨਾਂ ਨਾਲ ਗੁਜ਼ਾਰਾ ਨਹੀਂ ਚੱਲਦਾ ਫਿਰ ਮਿਸਤਰੀਆਂ ਨਾਲ ਦਿਹਾੜੀ ਕਰ ਲੱਗੇ ਉੱਤੇ ਵੀ 70 80 ਰੁਪਏ ਸੀਗੇ ਤੇ ਆ عورت ਦਾ ਮੇਰੇ ਬਸ ਕੰਮ ਵਿੱਚ ਇਸ ਦੇ ਲਗਨ ਪੈ ਗਿਆ। ਮੈਨੂੰ ਇਹ ਕੰਮ ਮਤਲਬ ਚਾਹੇ ਓਖਾ ਹੈ ਸੋਖਾ ਹੈ ਵੀ ਮੈਂ ਕਿਹਾ ਵੀ ਇਸ ਕੰਮ ਦੇ ਵਿੱਚ ਮੈਂ ਕੁਝ ਬਣਾ ਸਕਦੀ ਆ। ਕਿਉਂ ਜਿਵੇਂ ਪੜ੍ਹਾਈ ਕਰੀ ਹੁੰਦੀ ਏ ਤਾਂ ਕੁਛ ਨ ਕੁਛ ਕੇ ਕਰੇ ਦੁਕਾਨਦਾਰੀ ਵੀ ਕਰਦੇ ਆ ਉਹਦੇ ਵਿੱਚ ਵੀ ਪੜ੍ਹਾਈ ਚਾਹੀਦੀ ਆਪਾਂ ਨੂੰ। ਤੇ ਕੰਮ ਦੇ ਵਿੱਚ ਚਾਹੀਦੀ ਤੇ ਇਹਦੇ ਵਿੱਚ ਵੀ ਪੜ੍ਹਾਈ ਹੈਗੀ ਆ ਤੇ ਕਿਉਂਕਿ ਮੈਂ ਮੇਰੇ ਬੇਟੇ ਨੂੰ ਪੜਾਇਆ ਜਿਵੇਂ ਹੁਣ ਕੇ ਕਰੇ ਜੋ ਕੋਈ ਸਾਵ ਹੈ ਕਿਤਾਬ ਹੈ ਜਿਵੇਂ ਲੇਵਰ ਨੂੰ ਪੈਸੇ ਦੇਣੇ ਆ ਜਿਵੇਂ ਕੋਈ ਸਮਾਨ ਆਉਂਦਾ ਲੇਵਰ ਨੂੰ ਪੈਸੇ ਦੇਣੇ ਖਰਚਾ ਇੰਨਾ ਹੋ ਗਿਆ ਇੰਨਾ ਨਹੀਂ ਬੇਟਾ ਕਰਦਾ ਸਭ ਅੱਛਾ ਹੁਣ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਇੱਥੇ ਅਸੀਂ ਕਰਦੇ ਆ ਕੋਈ ਸਾਡਾ ਕੋਈ ਘੰਟਿਆਂ ਦਾ ਕੋਈ ਹਿਸਾਬ ਨਹੀਂ ਜਿਵੇਂ ਹੁਣ ਆਪਣੇ ਬੰਦੇ ਹੈਗੇ ਰੱਖੇ ਲੇਵਰ ਜਿਵੇਂ 8 ਵਜੇ 9 ਵਜੇ ਤੱਕ 8:30 ਵਜੇ ਤੱਕ 9 ਵਜੇ ਤੱਕ ਆਉਂਦੇ ਆ ਤੇ ਉਹ ਜੇ ਜਿਵੇਂ 7 ਵੀ ਵੱਜ ਜਾਂਦੇ ਆ 8 ਵੀ ਵੱਜ ਜਾਂਦੇ ਆ ਤੇ ਇਹ ਵੱਜ ਜਾਂਦੇ ਕਈ ਵਾਰ ਸਾਨੂੰ ਤਾਂ 8 8 ਵੀ ਵੱਜ ਜਾਂਦੇ ਆ 10 ਵੀ ਵੱਜ ਜਾਂਦੇ ਆ ਕਿਉਂਕਿ ਹੁਣ ਔਰ ਲੈਂਟਰ ਪਾਵਾਂਗੇ ਹੁਣ ਸਾਨੂੰ 5-7 ਦਿਨ ਰਾਤ ਦਿਨ ਕਰਕੇ ਕੋਈ ਮਾਲਕ ਕਹਿ ਦਿੰਦੇ ਵੀ ਸਾਨੂੰ ਛੇਤੀ ਦੀ ਛੇਤੀ ਚਾਹੀਦਾ ਬਿਆ ਦਿਨ ਕੱਢਿਆ ਬਾਾਰ ਕੱਢਿਆ ਸਾਨੂੰ ਤਾਂ ਲੈਂਟਰ ਉਸ ਦਿਨ ਚਾਹੀਦਾ ਤੇ ਉਹ ਦਿਨ ਕਰਕੇ ਅਸੀਂ ਰਾਤ ਦਿਨ ਕਰਕੇ ਲੈਂਟਰ ਦੀ ਤਿਆਰੀ ਕਰਕੇ ਅਸੀਂ ਲੈਂਟਰ ਪਾਉਨੇ ਆ ਇੱਕ ਔਰਤੋਂ ਤੁਸੀਂ ਔਰਤ ਲਈ ਘਰ ਦੇ ਕੰਮ ਵੀ ਹੁੰਦੇ ਨੇ ਤਾਂ ਫਿਰ ਉਹ ਕਿੱਦਾਂ ਮੈਨੇਜ ਕਰਦੇ ਹੋ ਕਿਵੇਂ ਕਰਦੇ ਹੋ ਫਿਰ ਇਹਨਾਂ ਸਵੇਰੇ ਉੱਠਦੇ ਆ 4 ਵਜੇ 4 ਵਜੇ ਉੱਠ ਕੇ ਮੈਂ 8:3 8 ਵਜੇ ਤੱਕ ਸਾਰਾ ਕੰਮ ਨਿਬੜ ਲੈਣੀ ਆ ਮੇਰੇ ਕੋਲ ਦੋ ਮੱਝਾਂ ਵੀ ਰੱਖੀਆਂ ਘਰ ਦਾ ਕੰਮ ਹੁਣ ਕਹੇ ਕਰੇ ਦੋ ਰੋਟੀਆਂ ਪਕਾਉਣੀਆਂ ਹੋਵੇ ਤਾਂ ਕੋਈ ਵੀ ਨਹੀਂ ਮੱਝਾਂ ਦਾ ਤਾਂ ਦੁਗਣਾ ਕੰਮ ਹੋ ਜਾਂਦਾ ਮੱਝਾਂ ਦਾ ਵੀ ਕਰਕੇ ਆਉਣੀ ਆ ਗੋਆ ਕੋੜਾ ਕਰ ਕਿਉਂ ਨਹੀਂ ਆ ਡੰਗਰ ਪਸੂ ਦਾ ਸਾਰਾ ਕਰਕੇ ਫਿਰ ਕੰਮ ਤੇ ਕੰਮ ਤੇ ਮੈਂ 9 ਵਜੇ ਤੱਕ 8:30 ਵਜੇ ਤੱਕ ਕੰਮ ਤੇ ਪਹੁੰਚ ਜਾਨੀ ਆ ਅੱਛਾ ਹੁਣ ਜਿਹੜਾ ਚਣਾਈ ਦਾ ਕੰਮ ਹੈ ਜਿਵੇਂ ਤਿੰਨ ਤਿੰਨ ਮੰਜ਼ਲੀ ਬਿਲਡਿੰਗਾਂ ਬਣਦੀਆਂ ਉਹ ਤੇ ਪੈੜ ਵੀ ਲਾਉਣੀ ਪੈਂਦੀ ਹੈ ਪੈੜ ਦੇ ਉੱਤੇ ਖੜਨਾ ਪੈਂਦਾ ਹਨਾ ਪੈੜ ਦੇ ਉੱਤੇ ਖੜਦੇ ਹੋ ਜਦੋਂ ਉਦੋਂ ਡਰ ਨਹੀਂ ਲੱਗਦਾ ਵੀ ਉੱਚੋਂ ਤਿੰਨ ਮੰਜ਼ਲੀ ਦੇ ਥੱਲੇ ਦੇਖਣਾ ਹੋਵੇ ਜਾਂ ਖੜ ਕੇ ਕੰਮ ਕਰਨਾ ਹੋਵੇ ਡਰ ਤਾਂ ਲੱਗਦਾ ਹੈਗਾ ਲੇਕਿਨ ਆਪਾਂ ਡਰ ਦੇ ਡਰ ਨੂੰ ਆਪਾਂ ਅੰਦਰ ਘਰ ਬਣਾ ਲਿਆ ਤੇ ਆਪਾਂ ਅੱਗੇ ਨਹੀਂ ਵਧਾਂਗੇ ਅੱਗੇ ਨਹੀਂ ਵਧਾਂਗੇ ਆਪਾਂ ਡਰ ਨੂੰ ਦਾ ਕੱਢ ਹਾਂ ਜੇ ਆਪਾਂ ਡਰ ਕੇ ਕਈ ਕਰ ਜੋ ਕੋਈ ਵੀ ਕੰਮ ਕਰਾਂਗੇ ਜੇ ਡਰੀ ਜਾਵਾਂਗੇ ਤੇ ਉਹ ਅੱਗੇ ਨਹੀਂ ਵੱਸ ਸਕਦਾ ਮੈਂ ਤਾਂ ਕਹਿੰਦੀ ਵੀ ਡਰ ਕੱਢਾਂਗੇ ਫਿਰ ਜਾ ਕੇ ਆਪਾਂ ਅੱਗੇ ਕਈ ਕਰ ਜੋ ਕੋਈ ਕੰਮ ਕਰਾਂਗੇ ਤੀਜੀ ਮੰਜ਼ਿਲ ਤੇ ਦੇਖਦੇ ਆਂ ਚੜ੍ਹਦੇ ਆਂ ਆਹ ਸੋਚ ਕੇ ਚੜ੍ਹਦੇ ਆਂ ਵੀ ਮੌਤ ਜੇ ਆਣੀ ਹੈ ਤਾਂ ਥੱਲੇ ਵੀ ਆਜੂਗੀ ਤੇ ਉੱਪਰ ਕੋ ਜਾਇਆ ਉੱਪਰ ਚੜ੍ਹਿਆ ਕੋਈ ਮੌਤ ਨਹੀਂ ਹੁੰਦੀ ਜੇ ਆਣੀ ਹੈ ਤਾਂ ਉੱਪਰ ਵੀ ਆਜੇਗੀ ਤੇ ਥੱਲੇ ਖੜਿਆ ਨੂੰ ਵੀ ਆਉਗੇ ਇਹ ਸੋਚ ਕੇ ਤੇ ਕਰਦਿਆਂ ਕਹਿੰਗੇ ਗਰੀਬੀਆਂ ਦੇਖ ਕੇ ਬੱਚਿਆਂ ਕ ਨੂੰ ਦੇਖ ਕੇ ਤੇ ਬਹੁਤ ਕੁਝ ਕਰਨਾ ਪੈਂਦਾ अच्छा काम ਜਿਹੜਾ ਹੁਣ ਤੁਸੀਂ ਠੇਕੇ ਤੇ ਹੀ ਕਰਦੇ ਹੋ ਜਾਂ ਦਿਹਾੜੀ ਤੇ ਕਰਦੇ ਹੋ ਸਾਰਾ ਕੰਮ ਮੈਂ ਕੰਮ ਠੇਕੇ ਤੇ ਹੀ ਕਰਦੇ ਆ ਦਿਹਾੜੀ ਤੇ ਨਹੀਂ ਕਰਦੇ ਹੁਣ ਮੈਨੂੰ ਦਿਹਾੜੀ ਦਾ ਕਰਨ ਦਾ ਮਤਲਬ ਦਿਲਚਸਪੀ ਨਹੀਂ ਹੈਗੀ ਦਿਹਾੜੀ ਦੇ ਕੰਮ ਦੇ ਵਿੱਚ ਚਾਹੇ ਥੋੜਾ ਹੈ ਚਾਹੇ ਵੱਡਾ ਹੈਗਾ ਚਾਹੇ ਮਤਲਬ 20 ਦਿਨਾਂ ਦਾ ਕੰਮ ਹੈ ਚਾਹੇ ਮਹੀਨੇ ਦਾ ਹੈ ਚਾਹੇ 6 ਮਹੀਨੇ ਦਾ ਹੈ ਚਾਹੇ ਕੋਠੀ ਦਾ ਹੈ ਚਾਹੇ ਸ਼ੋਰੂਮ ਦਾ ਕਿੰਨੇ ਦਿਨ ਦਾ ਹੀ ਕੰਮ ਹੋਵੇ ਮੈਂ ਠੇਕੇ ਤੋਂ ਵਗੈਰੇ ਦਿਹਾੜੀ ਤੇ ਕੰਮ ਨਹੀਂ ਕਰਦੀ اچھا ਹੁਣ ਮਿਸਤਰੀ ਦਾ ਕੰਮ ਤੁਸੀਂ ਇਕੱਲੇ ਕਰਦੇ ਹੋ ਕਿ ਨਾਲ ਤੁਹਾਡੇ ਹੋਰ ਵੀ ਬੰਦੇ ਜਾਂ ਕੋਈ ਲੇਡੀਜ਼ ਰੱਖੀਆਂ ਹੋਈਆਂ ਜਿਹੜੀਆਂ ਤੁਹਾਡੇ ਨਾਲ ਜਿਹੜਾ ਮੇਰੇ ਨਾਲ ਹੁਣ ਮੈਂ ਮਿਸਤਰੀ ਰੱਖੇਗੇ ਚਾਰ ਮਿਸਤਰੀ ਰੱਖੇ ਮੇਰੇ ਲੇਡਿਸ ਵੀ ਹੈਗੀ ਐ ਉਹ ਲੇਬਰ ਵਾਲੇ ਵੀ ਰੱਖੇ ਗਏ ਘਾਟੋ ਘਟ ਮੇਰੇ ਕੁਲ ਮਿਲਾ ਕੇ 15 ਬੰਦੇ ਅੱਜ ਤਿੰਨ ਕੰਮਾਂ ਤੇ 15 16 ਬੰਦੇ ਮੇਰੇ ਲੱਗ ਰਿਹਾ ਅੱਛਾ ਪਿੰਡ ਦੇ ਵਿੱਚੋਂ ਕਦੇ ਕਿਸੇ ਔਰਤ ਨੇ ਤੁਹਾਨੂੰ ਕਿਹਾ ਹੋਵੇ ਵੀ ਮੈਂ ਤੁਹਾਡੇ ਨਾਲ ਕੰਮ ਜੈਕ ਕਰਨਾ ਚਾਹਣੀ ਆ ਸਿੱਖਣਾ ਚਾਹਣੀ ਆ ਤੁਹਾਡੇ ਤੋਂ ਕਦੇ ਮੈਂ ਤਾਂ ਕਹਿੰਦੀ ਆ ਵੀ ਆਜੋ ਸਿੱਖੋ ਲੇਕਿਨ ਕਹਿੰਦੀ ਮੁੜ ਕੇ ਕਹਿੰਦੀ ਕਹਿੰਦੀ ਇਹ ਮੁਸ਼ਕਿਲ ਆ ਸਾਡੇ ਤੋਂ ਨਹੀਂ ਹੁੰਦਾ ਮੈਂ ਕਹਾਂ ਜੀ ਕੋਸ਼ਿਸ਼ ਕਰੋਗੇ ਤਾਂ ਬਹੁਤ ਕੁਝ ਹੋ ਜਾਊਗਾ ਹੁਣ ਮੇਰੇ ਕੋਲ ਇੱਕ ਔਰਤ ਲੱਗੀ ਕੱਲ ਲੱਗੀ ਸੀਗੀ ਇੱਥੇ ਆਪਣੇ ਕੰਮ ਤੇ ਲੱਗੀ ਆ ਉਹ ਕਹਿਣ ਲੱਗੀ ਮਾਹੀ ਆਉਂਦੇ ਨਾ ਉਹ ਕਹਿਣ ਲੱਗੀ ਕਹਿੰਦੀ ਮੈਂ ਕਿਹਾ ਇੱਟ ਫੜਾ ਉੱਪਰ ਚਲਾ ਕਹਿੰਦੀ ਦੀਦੀ ਮੈਂ ਚਲਾਈ ਨਹੀਂ ਮੈਂ ਕਿਹਾ ਤੂੰ ਕੋਸ਼ਿਸ਼ ਤਾਂ ਕਰ ਚੱਲੂਗੀ ਉਹਨੇ ਇੱਕ ਇੱਟ ਜਲਾਈ ਨਹੀਂ ਚੱਲੀ ਦੂਜੀ ਜਲਾਈ ਤੀਜੀ ਇੱਟ ਤਾਂ ਉਹਨੇ ਚਲਾਤੀ ਮਿਸਤਰੀ ਨੂੰ ਫੜਾਤੀ ਇੱਟ ਜੇ ਮੈਂ ਕਿਹਾ ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਨਾ ਤਾਂ ਕਰ ਸਕਦੇ ਹਾਂ ਮਕਾ ਕੀ ਨਹੀਂ ਹੁੰਦਾ ਜੇ ਆਪਾਂ ਕੋਸ਼ਿਸ਼ ਕਰੀਏ ਤੇ ਉਹ ਕਹਿਣ ਲੱਗੀ ਹਾਂ ਬਾਕੀ ਵੀ ਦੀਦੀ ਜੇ ਆਪਾਂ ਕੋਸ਼ਿਸ਼ ਕਰਾਂਗੇ ਤੇ ਕੋਈ ਕੀ ਨਹੀਂ ਹੋ ਸਕਦਾ ਵੀ ਹੋ ਸਕਦਾ अच्छा गल कर, कौन, कौन कर दी करिए ता घर ਦੇ ਵਿੱਚ ਕੌਣ ਕੌਣ ਆ ਤੁਹਾਡੇ ਹਾਂ ਘਰ ਦੇ ਵਿੱਚ ਜੀ ਬੇਟਾ ਹੈਗਾ ਗੁੜਿਆ ਸੀਗੀ ਗੁੜਿਆ ਦੀ 30 ਸਾਲੀ ਕਰਤੀ ਸਾਲ ਹੋ ਗਿਆ ਆ ਬੇਟਾ ਹੈ ਮੈਂ ਦੋ ਬਸ ਮਾ ਪੁੱਤ ਹੈਗੇ ਦੋ اچھا ਤੇ ਤੁਹਾਡੇ ਘਰ ਵਾਲਾ ਤੁਹਾਡਾ ਉਹ ਜੀ ਆਪਦੀ ਭੈਣਾਂ ਕੋਲ ਰਹਿੰਦਾ ਉਹਨਾਂ ਦਾ ਕਾਫੀ ਚੇਰ ਹੋ ਗਏ ਬੱਚੇ ਛੋਟੇ ਸੀਗੇ ਉਦੋਂ ਦੇ ਵੀ ਰਹਿੰਦੇ ਹੈਗੇ ਮਤਲਬ ਸਾਡੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਕੋਈ ਸੰਜੋਗ ਨਹੀਂ ਨਾ ਆਂਦੇ ਨਾ ਜਾਂਦੇ ਜੇ ਆਣਾ ਚਾਹਵੇ ਤਾਂ ਵੀ ਮੈਂ ਨਹੀਂ ਰੱਖਣਾ ਚਾਹੁੰਦੀ ਨਾਲ ਕਿ ਬੱਚਿਆਂ ਦਾ ਜਦੋਂ ਮੁਸ਼ਕਿਲ ਹੁੰਦੀ ਹੈ ਜਦੋਂ ਕੋਈ ਸਾਥ ਖੜੇ ਜਦੋਂ ਵੀ ਉਹਨੇ ਮੈਨੂੰ ਸਾਥ ਨਹੀਂ ਦਿੱਤੇ ਅੱਜ ਮੈਨੂੰ ਕੀ ਫਾਇਦਾ ਅੱਜ ਮੈਂ ਆਪਦੇ ਪੈਰਾਂ ਤੇ ਆ ਗੁੜੀਆ ਦੀ شادی ਕਰਦੀ ਆ ਜਿੱ ਇੱਕ ਬੇਟਾ ਹੈ ਮੇਰਾ ਬਸ ਇਹ ਪੜ੍ਹਾਈ ਕਰ ਲਈ ਉਹਨੇ ਆਈਟੀਆਈ ਕਰ ਲਈ ਤੜਕੇਨਕੇ ਕਰੇ ਜੋ ਕੋਈ ਛੋਟੀ ਮੋਟੀ ਕੋਈ ਮਿਲੇਗੀ ਜੋਬ ਕਿਸਮਤਾਂ ਦੀ ਤਾਂ ਠੀਕ ਹੈ ਨਹੀਂ ਤਾਂ ਮਾਂ ਪੁੱਤ ਕੰਮ ਕਰੀ ਜੰਨੇ ਆਪਦਾ ਅੱਛਾ ਘਰ ਵਾਲੇ ਦਾ ਛੱਡਣ ਦਾ ਕੀ ਕਰਨ ਰਿਹਾ ਕਿਉਂ ਛੱਡ ਕੇ ਜਾਣਾ ਘਰ ਵਾਲੇ ਆਈ ਸੀਗਾ ਨਾ ਤਾਂ ਸਾਨੂੰ ਖਰਚਾ ਪਾਣੀ ਦਿੰਦਾ ਸੀਗਾ ਤੇ ਕਹਿੰਦੇ ਲੜੋ ਲੜਾਈ ਘਰੇ ਕੁੱਟਮਾਰ ਤੇ ਇਸ ਵਾਸਤੇ ਮੈਂ ਔਰਤਾਂ ਨੂੰ ਇਹੀ ਗੱਲ ਕਹਿਨੀ ਆ ਵੀ ਕੁੱਟ ਮਾਰ ਨਾ ਕਰੋ ਕੁੱਟ ਮਾਰ ਨਾ ਖਾਓ ਨਾ ਗੁਲਾਮੀ ਕਰੋ ਬੰਦਿਆਂ ਦੀ ਤੁਸੀਂ ਬਾਹਰ ਨਿਕਲ ਕੇ ਦੇਖੋ ਆਪਦਾ ਖੁਦ ਦਾ ਕੰਮ ਕਰੋ ਤੇ ਕਿਉਂ ਗੁਲਾਮੀਆਂ ਕਰਦੀਆਂ ਜੇ ਘਰੇ ਹੀ ਪਈ ਰਹੋਗੇ ਆ ਮਾਰ ਹੀ ਖਾਈ ਜਾਣੀਆਂ ਤੇ ਉਹਦੇ ਵਿੱਚ ਕੀ ਫਾਇਦਾ ਹੈਗਾ ਜੇ ਕੰਮ ਤੇ ਕੰਮ ਕੋਈ ਮਾੜਾ ਮੋਟਾ ਵੀ ਆਪਦਾ ਕੋਈ ਜ਼ਰੂਰ ਇਨੀ ਵੀ ਜਿਹੜਾ ਮੈਂ ਕੰਮ ਕਰਦੀ ਹਾਂ ਮਿਸਤਰੀ ਦਾ ਇਹ ਕਰੋ ਕੋਈ ਵੀ ਕੰਮ ਕਰ ਲਓ ਕਿ ਕਰ ਦੁਕਾਨ ਚਲਾ ਲਓ ਕੋਈ ਕਿ ਰੋਟੀਆਂ ਬਣਾਉਣੀਆਂ ਹੁੰਦੀਆਂ ਪਰੌਂਠਿਆਂ ਦੀ ਰੇੜੀ ਵੀ ਲਾ ਲਓ ਕੀ ਨਹੀਂ ਕਰ ਸਕਦੀ ਔਰਤ ਕਹਿੰਦੇ ਸਭ ਕੁਝ ਕਰਦੀ ਹੈ ਜੇ ਔਰਤ ਸਾਨ ਲੈਣਾ ਤਾਂ ਸਭ ਕੁਝ ਕਰ ਸਕਦੀ ਹੈ ਹੈ ਤੇ ਅੱਜ ਇਹ ਕਮਜ਼ੋਰ ਹੋ ਕੇ ਔਰਤ ਬੈਠੀ ਰਹੂਗੀ ਤਾਂ ਫਿਰ ਤਾਂ ਉਹਦਾ ਕੋਈ ਫਾਇਦੇ ਨਹੀਂ ਮੈਂ ਤਾਂ ਅੱਜ ਦੇ ਵਾਸਤੇ ਔਰਤਾਂ ਨੂੰ ਇਹੀ ਸਨੇਹਾ ਮੇਰਾ ਵੀ ਬਾਹਰ ਨਿਕਲ ਕੇ ਦੇਖੋ ਜਾਂ ਸਿੱਧੀ ਰਾਣੀ ਸੀਗੀ ਉਹਨੇ ਵੀ ਬਾਹਰ ਨਿਕਲ ਕੇ ਤੇ ਲੜਾਈ ਲੜੀ ਸੀਗੀ ਤੇ ਜੰਗ ਜਿੱਤਿਆ ਸੀਗਾ ਆਪਾਂ ਤਾਂ ਫਿਰ ਵੀ ਕਹਿੰਦੇ ਰੋਟੀ ਕਮਾ ਕੇ ਹੀ ਖਾਣੀ ਆਪਾਂ ਇੰਨਾ ਹੀ ਨਹੀਂ ਕਰ ਸਕਦੇ ਇਹ ਜਿਹੜਾ ਕੰਮ ਆ ਰਾਜ ਮਿਸਤਰੀ ਦਾ ਮਰਦਾਂ ਦੇ ਕਰਨ ਵਾਲਾ ਤੁਸੀਂ ਠੇਕੇ ਲੈਨੇ ਹੋ ਕਦੇ ਤੁਹਾਡੇ ਨਾਲ ਐ ਵੀ ਹੋਇਆ ਕਿ ਵੀ ਕਿਸੇ ਨੇ ਤੁਹਾਨੂੰ ਕਿਹਾ ਵੀ ਬਈ ਤੂੰ ਔਰਤਾਂ ਤੁਹਾਨੂੰ ਅਸੀਂ ਨਹੀਂ ਕੰਮ ਦੇ ਸਕਦੇ ਕਿਉਂਕਿ ਇਹ ਮਰਦ ਹੀ ਕਰ ਸਕਦੇ ਨੇ ਬਤੇਰੇ ਕਹਿੰਦੇ ਆ ਕੰਮਾਂ ਤੇ ਵੀ ਜਿਵੇਂ ਵੀ ਲੇਡੀਜ਼ ਹੈਗੀ ਆ ਵੀ ਇਹਨੂੰ ਕੀ ਠੇਕਾ ਦੇਵਾਂਗੇ ਵੀ ਕੀ ਪਤਾ ਕਿਵੇਂ ਕੰਮ ਐ ਕਿਵੇਂ ਨਹੀਂ ਫੇਰ ਜਿਵੇਂ ਜਿਨ੍ਹਾਂ ਦੇ ਕਰਿਆ ਹੋਵੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਜਾ ਕੇ ਪੁੱਛੋ ਸਾਡਾ ਕੰਮ ਕਰਿਆ ਹੋਇਆ ਦੇਖ ਕੇ ਆਉਂਦੇ ਆ ਫੇਰ ਕਹਿੰਦੇ ਵੀ ਨਾ ਸਾਨੂੰ ਵੀ ਤੇਰੇ ਤੇ ਗਰਭ ਹੈਗਾ ਵੀ ਵਧੀਆ ਕੰਮ ਵਧੀਆ ਕਰਦੀ ਹੈ ਵੀ ਵਧੀਆ ਆ ਦੇ ਘਰ ਵਾਂਗੂ ਕੰਮ ਕਰਦੀ ਹੈ ਵੀ ਅਸੀਂ ਤੈਨੂੰ ਤੇਰੇ ਤੇ ਗਰਭ ਅਸੀਂ ਤੈਨੂੰ ਕੰਮ ਦੇਵਾਂਗੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਕਿ ਦੇਖਦੇ ਹਾਂ ਵੀ ਆਹ ਕੋਠੀ ਮੇਰੀ ਪਈ ਹੋਈ ਹੈ ਜਾਂ ਆਹ ਮੇਰਾ ਸ਼ੋਰੂਮ ਪਾਇਆ ਹੋਇਆ ਹੈ ਜਦ ਲੰਘਦੇ ਆ ਗਿਆਂ ਜਿਵੇਂ ਕੋਈ ਨਾਲ ਮਤਲਬ ਰਿਸ਼ਤੇਦਾਰ ਵੀ ਹੁੰਦਾ ਜਿਵੇਂ ਕੋਈ ਪਿੰਡੋਂ ਕਈ ਵਾਰ ਔਰਤ ਚੜ੍ਹੇ ਆਉਂਦੀ ਹੈ ਨਾਲ ਤੇ ਜਿਵੇਂ ਕੋਈ ਆਪਦਾ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਹੁੰਦਾ ਉਹਨਾਂ ਨੂੰ ਕਹਿੰਦੇ ਵੀ ਆਹ ਕੋਠੀ ਸਾਡੀ ਬਣਾਈ ਹੈਗੀ ਹੈ ਤੇ ਅਗਲਾ ਵੀ ਦੇਖ ਕੇ ਰਹਿ ਜਾਂਦਾ ਤੁਸੀਂ ਬਣਾਈਏ ਮੈਂ ਕਹਾ ਹਾਂ ਅਸੀਂ ਬਣਾਈਏ ਆ ਕੋਠੀ ਤੇ ਮਾਣ ਤਾਂ ਮਹਿਸੂਸ ਹੋਊਗਾ ਜਦ ਇਹ ਆਪਾਂ ਖੁਦ ਕੰਮ ਕਰਾਂਗੇ ਤੇ ਕਹਿੰਦਾ ਮਾਣ ਮਹਿਸੂਸ ਕਿਉਂ ਨਹੀਂ ਹੋਊਗਾ ਮੈਂ ਤਾਂ ਕਹਿੰਨੀ ਆ ਵੀ ਆਪਾਂ ਇੱਕ ਪੱਥਰ ਨੂੰ ਕਈ ਕਰੇ ਪੂਜਾਂਗੇ ਉਹਦੇ ਵਿੱਚ ਵੀ ਕਹਿੰਦਾ ਰੱਬ ਉੱਗ ਜਾਂਦਾ ਉਹ ਵੀ ਆਪਾਂ ਨੂੰ ਕਹਿੰਦਾ ਵੀ ਦੇ ਦਿੰਦਾ ਇਸ ਚੀਜ਼ ਦਿੰਦਾ ਤੇ ਆਪਾਂ ਖੁਦ ਕੰਮ ਕਰਾਂਗੇ ਮਿਹਨਤ ਕਰਾਂਗੇ ਤੇ ਕਿਉਂ ਨਹੀਂ ਆਪਾਂ ਨੂੰ ਕਾਮਯਾਬੀ ਹਾਸਿਲ ਹੋਊਗੀ ਹਾਂ ਮੈਂ ਤਾਂ ਕਹਿੰਨੀ ਆ ਵੀ ਅੱਜ ਮੇਰੇ ਨਾਲ ਮੇਰੀ ਮਾਂ ਸੇਰਾਂ ਵਾਲੀ ਦਾ ਮੇਰੇ ਨਾਲ ਆਸ਼ੀਰਵਾਦ ਹੈ ਉਹਦੀ ਕਿਰਪਾ ਨਾਲ ਮੈਂ ਅਣਪੜ੍ਹ ਹੋ ਕੇ ਵੀ ਅੱਜ ਇੱਥੇ ਮਕਾਨ ਤੱਕ ਪਹੁੰਚ ਰਹੀ ਆ ਤੇ ਮੈਂ ਤਾਂ ਪੈਣਪਰਾ ਨੂੰ ਸਭ ਨੂੰ ਪੈਣਾ ਨੂੰ ਆਹੀ ਕਹੂੰਗੀ ਵੀ ਆਪਦੀ ਇੱਜ਼ਤ ਦੀ ਰੋਟੀ ਖਾਓ ਕਿਸੇ ਦੀ ਕਈ ਕਰਨਾ ਬੇਈਮਾਨੀ ਠੱਗੀ ਚੋਰੀ ਕਿਸੇ ਦੇ ਨਾਲ ਨਾ ਆਪਦੀ ਕਿਸੇ ਨੂੰ ਇੱਜ਼ਤ ਦਿਓ ਜੇ ਆਪਾਂ ਇੱਜ਼ਤ ਦੀ ਰੋਟੀ ਖਾਵਾਂਗੇ ਤਾਂ ਰੱਬ ਆਪਣੇ ਨਾਲ ਖੜਾ ਹੈ ਔਰਤ ਹੁਣ ਕਰਕੇ ਕਦੇ ਕੰਮ ਤੋਂ ਜਵਾਬ ਮਿਲਿਆ ਹੋਵੇ ਨਹੀਂ ਨਹੀਂ ਅੱਜ ਤੱਕ ਮੇਰੇ ਨਾਲ ਕੋਈ ਐਜੀ ਗੱਲ ਨਹੀਂ ਹੋਈ ਕਿਉਂ ਕਿ ਮੈਂ ਕਹਿ ਕਰਨਾ ਉਸ ਤੋਂ ਪਹਿਲਾਂ ਅਗਲੇ ਨੂੰ ਕਹੀਦਾ ਵੀ ਮੇਰਾ ਕੰਮ ਦੇਖੋ ਉਸ ਤੋਂ ਪਹਿਲਾਂ ਅਗਲਾ ਵੀ ਦੇਖ ਲੈਂਦਾ ਹੈ ਕਿਉਂ ਕੰਮ ਕਰਦੇ ਆ ਜਿਵੇਂ ਹੁਣ ਮਿਸਤਰੀ ਹੋ ਗਏ ਪਲੰਮਰ ਹੋ ਗਏ ਬਿਜਲੀ ਵਾਲੇ ਹੋ ਗਏ ਕਿਉਂ ਉਹਨਾਂ ਨੂੰ ਜਿਵੇਂ ਸਾਡੇ ਨਾਲ ਜੁੜੇ ਹੈਗੇ ਹੁਣ ਉਹਨਾਂ ਦਾ ਨੰਬਰ ਹੁੰਦੇ ਕੋਈ ਕੰਮ ਜਿਵੇਂ ਕੋਠੀਆਂ ਦਾ ਕੰਮ ਲੈਣੇ ਉਹ ਕਹਿੰਦੇ ਆ ਵੀ ਸਾਨੂੰ ਵੀ ठेकेदार ਅੱਗੇ ਸਾਨੂੰ ਕੰਮ ਕੋਈ ਹੋਵੇ ਦਵਾ ਦੇ ਤੇ ਉਹਨਾਂ ਨੂੰ ਦਵਾ ਦਿੰਦੇ ਆ ਜਿਵੇਂ ਅੱਗੇ-ਅੱਗੇ ਪੁੱਛਦੇ ਰਹਿੰਦੇ ਵੀ ਕਿਵੇਂ ਕੰਮ ਕਰਦੀ ਹੈ ਕਿਵੇਂ ਨਹੀਂ ਤੇ ਅਗਲਾ ਜਿਹੜਾ ਦੇਖਦਾ ਹੈ ਉਹ ਤਾਂ ਕਹੂਗਾ ਜੀ ਵੀ ਇੱਕ ਵਧੀਆ ਕੰਮ ਕਰਦੇ ਆ ਜੇ ਆਪਾਂ ਚੰਗਾ ਕਰਾਂਗੇ ਤੇ ਚੰਗਾ ਹੀ ਦੱਸਣਗੇ ਜੇ ਮਾੜਾ ਕਰਾਂਗੇ ਤਾਂ ਅਗਲਾ ਮਾੜਾ ਹੀ ਕਹੂਗਾ ਕੰਮ ਕਰਦੇ ਵਕਤ ਜਦੋਂ ਕੋਈ ਔਰਤਾਂ ਇੱਥੇ ਤੋਂ ਲੰਘਦੀਆਂ ਨੇ ਤੁਹਾਡੇ ਕੋਲ ਦੇਖ ਕੇ ਰੁਕਦੀਆਂ ਨੇ ਤੇਰੀਆਂ ਔਰਤਾਂ ਖੜ ਕੇ ਦੇਖਦੀ ਜਾਂਦੀਆਂ ਹੱਸਦੀਆਂ ਵੀ ਹੈਗੀਆਂ ਕਈ ਔਰਤਾਂ ਤਾਂ ਕੋਲ ਆ ਕੇ ਪੁੱਛਦੀਆਂ ਵੀ ਹੈਗੀ ਐ ਵੀ ਤੂੰ ਇੰਨਾ ਓੱਖਾ ਕੰਮ ਕਿਵੇਂ ਕਰਦੀ ਐ ਮੈਂ ਕਿਹਾ ਓੱਖਾ ਕਰਨਾ ਪੈਂਦਾ ਮੈਂ ਜਦੋਂ ਆਪਣੇ ਰੱਬ ਨੇ ਢੇਡ ਲਾਇਆ ਬੱਚੇ ਹੈਗੇ ਆ ਘਰ ਹੈਗਾ ਪਰਿਵਾਰ ਹੈਗਾ ਉਹਨਾਂ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਅਬ ਹੁਣ ਐ ਪੇੜਾਂ ਤੇ ਚੜਦੇ ਆ ਟੁੱਟ ਵੀ ਜਾਂਦੀਆਂ ਡਿੱਗ ਵੀ ਜਾਂਦੇ ਆ ਬਤੇਰੀ ਵਾਰ ਡਿੱਗੇ ਆ ਕਹਿ ਕਰਾ ਤੋ ਉੱਤ ਪੇਰ ਵੀ ਬਤੇਰੀ ਵਾਰ ਟੁੱਟੇ ਆ ਕਹਿ ਕਰ ਜੋ ਚਲਦੇ ਰਹਿੰਦੇ ਸਾਡੇ ਕਹਿ ਕਰ ਜਦੋਂ ਕੰਮ ਹੀ ਆ ਹੀ ਰਹਗਾ ਜਿਹੜਾ ਜੋ ਕਰਮਾ ਵਿੱਚ ਲਿਖਿਆ ਨਾ ਉਹ ਆਪਾਂ ਨੂੰ ਕਰਨਾ ਹੀ ਪਊ ਹਰ ਹਾਲਤ ਵਿੱਚ ਅੱਜ ਵੀ ਕਈ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਕੈਦ ਨੇ ਕਿਉਂਕਿ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਕਿਉਂਕਿ ਸ਼ਾਇਦ ਆਪਣਾ ਪਿਛੜਾ ਹੋਇਆ ਇਲਾਕਾ ਤਾਂ ਉਹਨਾਂ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਤੁਸੀਂ ਬਾਹਰ ਕੋਸ਼ਿਸ਼ ਤਾਂ ਕਰੋ ਵੀ ਬਾਹਰ ਨਿਕਲ ਕੇ ਕੋਸ਼ਿਸ਼ ਕਰੋਗੇ ਆ ਤੇ ਸਭ ਕੁਝ ਹੋ ਸਕਦਾ ਹੈ ਕੇ ਕਰ ਜਿਓ ਕਿਸੇ ਦੀ ਮੈਂ ਤਾਂ ਕਹਿੰਨੀ ਵੀ ਘਰੇ ਬਹਿ ਕੇ ਨਾ ਤਾਂ ਕੈਦ ਵਿੱਚ ਰੋ ਨਾ ਗੁਲਾਮੀ ਕਰੋ ਤੇ ਬਾਹਰ ਨਿਕਲ ਕੇ ਆਪ ਦਾ ਕੋਈ ਨਾ ਕੋਈ ਤਾਂ ਕੰਮ ਕਰੋ ਜੇ ਅੱਜ ਤੁਸੀਂ ਕੇ ਕਰ ਮਾਰਾਂ ਖਾਏ ਜਾਵਾਂਗੇ ਜਾਂ ਕੋਟਾਂ ਜੇ ਇਹੀਂ ਕੈਦ ਵਿੱਚ ਹੀ ਪਈ ਰਹਿਣਗੇ ਇਹਦਾ ਘਰੇ ਪੇਟੇ ਬੈਠੇ ਦਾ ਤਾਂ ਕੋਈ ਹੱਲ ਨਹੀਂ ਹੁੰਦਾ ਜੇ ਆਪਾਂ ਬਾਹਰ ਨਿਕਲ ਕੇ ਜੇ ਆਪਦਾ ਆਪ ਕੇ ਕਰ ਮਸਕਲਾਂ ਦਾ ਹੱਲ ਪਾ ਲਾਂਗੇ ਫਿਰ ਮਸਕਲਾਂ ਦਾ ਹੱਲ ਹੋਊਗਾ ਤੇ ਖੁਦ ਹੀ ਲੜਾਈ ਖੁਦ ਨੂੰ ਲੜਨੀ ਪਊਗੀ ਸੋ ਇਹ ਹਨ ਕ੍ਰਿਸ਼ਨਾ ਦੇਵੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਜੇ ਕੰਮ ਕਰਨ ਦੀ ਇੱਛਾ ਹੋਵੇ ਤਾਂ ਹਰ ਕੰਮ ਹੀ ਸੰਭਵ ਹੈ। ਪ੍ਰਿਤਪਾਲ ਸਿੰਘ ਬੋਲੀਹੌਲੀ ਬਾਬਾ ਬਠਿੰਡਾ।